कितने ना कितने साडे ज़हन दे विच इह चीज़ नहीं आ रही कि सानू भरमाया जा रहा है, इस चीज़ नू गलत प्रोजेक्ट करन दी कोशिश की जा रही है कि मोर्चा जिहड़ा लग्या होया है उसनू किसे तरीके नाल मुकाया जावे। मैनू एक गल दा जवाब, किसान जथेबंदियां बड़े सत्कारयोग आ जिन्हां दा तुसीं नाम लिया, मैं उन्हां तों पुछना चाहूँगा, हालांकि मैं सुनिया नहीं उन्होंने की कहा। सो जे तां दीप सिद्धू यह समझता वा भी पंजाब तों बाहर कल्ले उहदे लिंक आ, तो उन्होंने मैं दसना चाहना वा इतों दीआं किसान जथेबंदियां दे हरेक स्टेट दे विच यूनिट आ। सानू पता दिल्ली पंजाब नाल नहीं, सारे देश दे किसान रल के दिल्ली घेरनगे। साडी लड़ाई कल्ली MSP दी आ, साडी लड़ाई मार्केट कमेटियां तक ये ऑर्डीनेंस वापस लैण तक दी आ। जे ऑर्डीनेंस वापस हो गए तो किसानां दी जो दशा पहला सी या उन हालात पहला सी, खुदकुशियां रुक जाणगियां, लिमिटां मुड़ जाणगियां, करजे माफ़ हो जाणगे, धारनावां नूं तोड़ना ते सिस्टम नूं वंगारना ये आपदे आप च ही एक विद्रोह हुंदा। पूरा सच की आ, कल्ली आर्थिक लड़ाई है ये अधूरा सच आ, पूरा सच की आ। कैंपेनिंग दे विच सनी देओल दे क्यों सी या BJP दे नाल की रिश्ता, RSS दे नाल की रिश्ता, या दीप नूं किते प्रोजेक्ट तां नहीं कीता होया BJP वालों? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖਿਜ਼ਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੀ ਉਹ ਨੌਜਵਾਨੀ ਹੁਣ ਸੜਕਾਂ ਉੱਤੇ ਆ ਗਈ ਹੈ ਜਿਸ ਨੂੰ ਕੇਂਦਰ ਸਰਕਾਰ ਨੇ ਜਾਂ ਕਹਿ ਸਕਦੇ ਆ ਰਾਹੁਲ ਗਾਂਧੀ ਨੇ ਨਸ਼ੇੜੀ ਨਸ਼ੇੜੀ ਕਹਿ ਕੇ ਪੂਰੇ ਭਾਰਤ 'ਚ ਪੂਰੀ ਦੁਨੀਆ 'ਚ ਬਦਨਾਮ ਕੀਤਾ ਸੀ। ਅਤੇ ਇਹ ਨੌਜਵਾਨੀ ਹੁਣ ਜਦੋਂ ਦੀ ਸੜਕਾਂ 'ਤੇ ਆਈ ਹੋਈ ਹੈ ਪੰਜਾਬ ਸਰਕਾਰ ਤੋਂ ਲੈ ਕੇ ਦਿੱਲੀ ਤੱਕ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਅਤੇ ਉਹ ਕਿਉਂ ਹੋਇਆ, ਕਿੱਦਾਂ ਹੋਇਆ? ਕਿਉਂਕਿ ਜਦ ਪੰਜਾਬ ਦੀ ਨੌਜਵਾਨੀ ਨੂੰ ਲੱਗਿਆ ਕਿ ਉਹਨਾਂ ਦੀ ਹੋਂਦ ਖਤਰੇ 'ਤੇ ਹੈ, ਉਹਨਾਂ ਦੀ ਕਿਸਾਨੀ ਖਤਰੇ 'ਚ ਹੈ, ਜ਼ਮੀਨ ਜਿਹਨੂੰ ਅੱਜ ਉਹ ਆਪਣੀ ਮਾਂ ਸਮਝ ਕੇ ਵਾਹੁੰਦੇ ਨੇ, ਕਮਾਈ ਕਰਦੇ ਨੇ ਜਿਸ ਤੋਂ, ਉਹ ਖਤਰੇ 'ਚ ਹੈ, ਤਾਂ ਪੰਜਾਬ ਦੀ ਕਿਸਾਨੀ, ਨੌਜਵਾਨੀ, ਮਜ਼ਦੂਰ, ਗਾਇਕ, ਹਰ ਕੋਈ ਸੜਕਾਂ ਉੱਤੇ ਆ ਗਿਆ ਮੋਰਚਾ ਲਾਉਣ ਵਾਸਤੇ। ਅਤੇ ਅਸੀਂ ਇਸ ਵੇਲੇ ਹੈਗੇ ਹਾਂ ਸ਼ੰਭੂ ਬਾਰਡਰ 'ਤੇ। ਦੀਪ ਸਿੱਧੂ ਉੱਤੇ ਬੜੇ ਸਵਾਲ ਚੱਕੇ ਜਾ ਰਹੇ ਨੇ, RSS ਵੱਲੋਂ ਪ੍ਰੋਜੈਕਟ ਕੀਤਾ ਹੋਇਆ, BJP ਵੱਲੋਂ ਪ੍ਰੋਜੈਕਟ ਕੀਤਾ ਹੋਇਆ। ਇਸ ਨੌਜਵਾਨ ਨੇ ਹਰ ਸਵਾਲ ਦਾ ਡਟ ਕੇ ਜਵਾਬ ਦਿੱਤਾ, ਪਰ ਕੱਲ੍ਹ ਕੁਝ ਕਿਸਾਨ ਜਥੇਬੰਦੀਆਂ ਨੇ ਸਵਾਲ ਕੀਤੇ। ਬਲਦੇਵ ਸਿੰਘ ਜੀਰਾ ਜਿਨ੍ਹਾਂ ਨੇ ਲਾਈਵ ਹੋ ਕੇ ਜੋ ਵੀ ਦੀਪ ਸਿੱਧੂ ਕੱਲ੍ਹ ਬੋਲਿਆ ਸੀਗਾ, ਇੱਕ ਇੱਕ ਚੀਜ਼ ਨੂੰ ਸਾਹਮਣੇ ਰੱਖ ਕੇ ਸਵਾਲ ਉਹਨਾਂ ਨੇ ਕੀਤੇ। ਮੈਂ ਇਹ ਕਹਾਂਗਾ ਕਿ ਅੱਜ ਸਾਡਾ ਫਰਜ਼ ਬਣਦਾ, ਬੇਸ਼ੱਕ ਤੁਸੀਂ 40 ਸਾਲਾਂ ਤੋਂ 50 ਸਾਲਾਂ ਤੋਂ ਲੜਾਈ ਲੜ ਰਹੇ ਹੋ ਕੇਂਦਰ ਸਰਕਾਰ ਦੇ ਨਾਲ, ਇੱਕ ਚੀਜ਼ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਅੱਜ ਤੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੀ ਲਾਗੂ ਕਰਵਾ ਸਕੇ ਹੋ ਜਿੰਨੀ ਮਰਜ਼ੀ ਲੰਬੀ ਜੰਗ ਲੜਦੇ ਹੋ? ਖੈਰ, ਅਸੀਂ ਗੱਲ ਕਰਦੇ ਹਾਂ ਦੀਪ ਸਿੱਧੂ ਦੇ ਨਾਲ, ਉਹ ਸਾਡੇ ਨਾਲ ਨੇ, ਕਿ ਉਹਨਾਂ ਦਾ ਇਸ ਮੋਰਚੇ ਦੇ ਬਾਰੇ ਕੀ ਖਿਆਲ ਹੈ ਅਤੇ ਕਿੱਥੋਂ ਇਹਦੀ ਸ਼ੁਰੂਆਤ ਹੋਈ? ਮੈਂ ਇਹੀ ਪੁੱਛਣਾ ਚਾਹਾਂਗਾ ਕਿ ਜੋ ਪਿਛਲੇ 2-3 ਦਿਨਾਂ ਤੋਂ ਡਿਸਪਿਊਟ ਜੇ ਚੱਲ ਰਿਹਾ, ਤੁਸੀਂ ਵੀ ਆਨਸਰ ਕਰ ਬਹੁਤ ਸਾਰੇ ਕੁਐਸਚਨਸ ਦਾ ਦਿੱਤਾ, ਉਹ ਕਿਉਂ ਤੁਹਾਨੂੰ ਲੱਗਦਾ ਕਿ ਉੱਠੇ ਨੇ ਕੁਐਸਚਨਸ? ਨਹੀਂ ਜੀ, ਕੁਐਸਚਨ ਜਦੋਂ ਤੁਸੀਂ ਸਿਸਟਮ ਨੂੰ ਵੰਗਾਰਦੇ ਹੋ, ਕੋਈ ਵੱਖਰੀ ਬਾਤ ਪਾਉਣੀ ਹੋ, ਤਾਂ ਵਿਰੋਧ ਹੋਣਾ ਲਾਜ਼ਮੀ ਆ, ਕਿਉਂਕਿ ਉਹ ਇੱਕ ਸਿਸਟਮ ਸਦੀਵੀ ਹੋ ਚੁੱਕਿਆ, ਪਰਪੈਚੂਏਟ ਹੋ ਚੁੱਕਿਆ, ਧਾਰਨਾਵਾਂ ਬੜੀਆਂ ਕਰੜੀਆਂ ਸਿਰਜੀਆਂ ਜਾ ਚੁੱਕੀਆਂ। ਉਹਨਾਂ ਧਾਰਨਾਵਾਂ ਨੂੰ ਤੋੜਨਾ ਅਤੇ ਸਿਸਟਮ ਨੂੰ ਵੰਗਾਰਨਾ ਇਹ ਆਪਦੇ ਆਪ 'ਚ ਹੀ ਇੱਕ ਵਿਦਰੋਹ ਹੁੰਦਾ। ਨਹੀਂ ਤਾਂ ਤੁਹਾਨੂੰ ਜਿਹੜੇ ਪੁਰਾਣੇ ਲੀਡਰ ਆ ਜਾਂ ਜਥੇਬੰਦੀਆਂ, ਕੋਈ ਵੀ ਜਥੇਬੰਦੀ ਹੋਵੇ, ਇਹ ਤਾਂ ਚਲੋ ਇੱਥੇ ਕਿਸਾਨ ਜਥੇਬੰਦੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਆਪਾਂ ਸਿਰ ਜੋੜ ਕੇ ਬੈਠੀਏ, ਕੁਛ ਸੋਚੀਏ, ਬ੍ਰੇਨ ਸਟਰੋਮ ਕਰੀਏ ਆਪਦੇ ਇੰਟਲੈਕਚੁਅਲ ਕੈਲੀਪਰ ਦੇ ਅਕੋਰਡਿੰਗਲੀ, ਆਪਦੇ ਇੰਟਲੈਕਟ ਦੇ ਅਕੋਰਡਿੰਗਲੀ ਆਪਾਂ ਕੰਟਰੀਬਿਊਟ ਕਰੀਏ, ਆਈਡੀਆਜ਼ ਦੇਈਏ ਅਤੇ ਉਹਦੇ ਤੋਂ ਕੁਛ ਕੱਢੀਏ। ਜੇ ਮੈਨੂੰ ਲੱਗਦਾ ਇਹ ਰਣਨੀਤੀ ਨਹੀਂ ਅਪਣਾਈ ਜਾਂਦੀ ਜਾਂ ਇਹ ਢੰਗ ਨਹੀਂ ਅਪਣਾਇਆ ਜਾਂਦਾ, ਤਾਂ ਫਿਰ ਐਡੀ ਵੱਡੀ ਲਾਮਬੰਦੀ, ਐਡਾ ਵੱਡਾ ਲੋਕਾਂ 'ਚ ਉਭਾਰ, ਅਤੇ ਅਸੀਂ ਸਮਝ ਨਾ ਸਕੀਏ ਜੜ੍ਹ ਕਿੱਥੇ ਪਈ ਆ, ਅਤੇ ਉਸ ਜੜ੍ਹ ਦੇ ਉਹਨੂੰ ਪੱਟਣ ਵਾਸਤੇ ਕੋਈ ਕੋਸ਼ਿਸ਼ ਨਾ ਕੀਤੀ ਜਾਵੇ, ਸਿਰਫ MSP ਅਤੇ APMC ਦੀ ਲੜਾਈ ਲੜੀਏ, ਤਾਂ ਮੈਨੂੰ ਲੱਗਦਾ ਇਤਿਹਾਸ ਮਿਹਣਾ ਮਾਰੂਗਾ ਸਾਨੂੰ ਵੀ ਤੁਸੀਂ ਅਸਲ ਜੜ੍ਹ ਜਾਂ ਪੰਜਾਬ ਦੀ ਹੋਂਦ ਖਾਤਰ ਕੁਛ ਨਹੀਂ ਕੀਤਾ, ਤੁਸੀਂ ਆਹ ਰਿਆਇਤਾਂ ਖਾਤਰ ਲੜਦੇ ਰਹੇ। ਤਾਂ ਇਹ ਮਿਹਣੇ ਤੋਂ ਬਚਣ ਵਾਸਤੇ ਵੀ ਮੋਰਚਾ ਬਹੁਤ ਲਾਜ਼ਮੀ ਸੀ ਜੀ। ਤੁਸੀਂ ਕਿਸਾਨ ਜਥੇਬੰਦੀਆਂ ਨੇ ਜਿੱਦਾਂ ਅਲੱਗ ਹੋ ਕੇ ਜੋ ਵੀ ਤੁਸੀਂ ਕੱਲ੍ਹ ਰਿਪਲਾਈ ਦਿੱਤੀ ਸੀ ਉਹਨਾਂ ਨੂੰ, ਉਹਨਾਂ ਤੋਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਰਿਪਲਾਈ ਆਈ ਅਤੇ ਉਹਨਾਂ ਨੇ ਇਹੀ ਗੱਲ ਕਹੀ ਕਿ ਦੀਪ ਸਿੱਧੂ ਕੱਲ੍ਹ ਦਾ ਬੱਚਾ ਹੈ ਅਤੇ ਅਸੀਂ ਕਈ ਦਹਾਕਿਆਂ ਤੋਂ ਲਗਾਤਾਰ ਇਹ ਕਰਦੇ ਆ ਰਹੇ ਹਾਂ। ਬਲਦੇਵ ਸਿੰਘ ਨੇ ਕਿਸਾਨ ਜਥੇਬੰਦੀ ਤੋਂ ਉਹਨਾਂ ਨੇ ਇਹ, ਕਿਉਂਕਿ ਉਹਨਾਂ ਦੀ ਰਿਪਲਾਈ ਸਾਰੀ ਸੁਣੀ ਹੈ, ਮੈਂ ਤਾਂ ਹੀ ਮੋਰਚੇ 'ਤੇ ਅੱਜ ਸਪੈਸ਼ਲੀ ਪਹੁੰਚਿਆ।
कि किते ना किते साडे ज़हन दे विच इह चीज़ नहीं आ रही कि सानू भरमाया जा रहा है, इस चीज़ नू गलत प्रोजेक्ट करन दी कोशिश की जा रही है कि मोर्चा जिहड़ा लग्या होया है उस तरीके उस नू किसे तरीके नाल मुकाया जावे। मैनू एक गल दा जवाब, किसान जथेबंदियां बड़े सत्कारयोग आ जिन्हां दा तुसीं नाम लिया, मैं उन्हां तों पुछना चाहूँगा, हालांकि मैं सुनिया नहीं उन्होंने की कहा भी साड़ी लड़ाई कल्ली MSP दी आ, साड़ी लड़ाई मार्केट कमेटियां तक ये ऑर्डिनेंस वापस लैन तक दी आ। जे ऑर्डिनेंस वापस हो गए तो किसानां दी जो दशा पहला सी या उन हालात पहला सी, खुदकुशियां रुक जाणगियां, लिमिटां मुड़ जाणगियां, कर्जे माफ़ हो जाणगे। जे जिहड़ी अपनी पिंडां दी रूरल डिवेलपमेंट आ वह बहुत चंगी हो रही आ, तुसीं पंजाब च जाके तां देखो। तो हुण असीं कहिंदे आ भी ये ऑर्डिनेंस वापस लै लो, चलो ये तो एक गल हो गई, असीं इहदे ते लड़ांगे, पर ये कल्ली एक गल नहीं है, ये अधूरा सच आ। पूरा सच की आ? कल्ली आर्थिक लड़ाई है, ये अधूरा सच आ। पूरा सच की आ? पूरा सच है विचारधारक लड़ाई भी आ। एडा वड्डा जदों अंदोलन पैदा हुंदा उहदे चों तुसीं एक सोच भी कढ़नी हुंदी आ, सोच पूरे खिते नूं देनी हुंदी आ। ये लड़ाई दी जड़ कित्थे पई आ, असीं उस जड़ खातर भी लड़ना। अज अंदोलन शुरू होया, कल नूं इस अंदोलन ने किते ना किते जाके एक पॉइंट ते आके खत्म भी हो जाना। उत्थे साडी जो मर्जी प्राप्ति होवे, मान लो असीं ऑर्डिनेंसिस वापस इतों तक पहुँच जी भी सरकारां दी मजबूरी खड़ी कर दी, ऑर्डिनेंसिस वापस चले हो जाण, फिर भी पंजाब दा माहौल किसानी दा मजदूरां दा लोकां दा बड़ा कोई वधिया नहीं सी। फिर भी नशियां नाल असीं लड़दे सी, बेरोज़गारी नाल लड़दे सी, फिर भी असीं साडी एजुकेशन दे जो सिक्ख्या दा पद्धर आ उहदे नाल लड़दे सी, फिर भी जिहड़ा प्रवास हो रहा उहदे नाल लड़ी जांदे आ। एडा वड्डा ब्रेन ड्रेन हो रहा इत्थों। मैं इह नहीं कहिंदा सारे मसले इक वारी नबेड़ने चाहीदे आ, पर मसलियां दी समझ होनी बहुत जरूरी आ। जिहड़ी अंदोलन चों निकल सकदा ये सोच निकल सकती है भी इन्हां मसलियां नूं भी विचारना पऊगा, असीं इसे मसले नूं लैके ये ना सोचिए भी इत्थों सब कुछ बच जूगा। सब कुछ नहीं बचता, ये तो लक्षण आ। बीमारी तो कितने होर पई आ, उस बीमारी नूं संबोधन कर तुहाडे इह व्यूज़ जिहड़े हैगे ने इही देशां विदेशां दी संगत नूं किते ना किते इन्हां व्यूज़ ने प्रभावित किया, क्योंकि लॉजिकल नहीं उहदे पिछे दा लॉजिक उहनां नूं समझ आया। तो बहुत सारिया इंटरनेशनल कॉल्स भी आईया ने, तो मैं तुहानूं दसना चाहांगा कि बहुत मोहतवर बंदियां ने यही गल कही है कि दीप नूं एक चीज़ जरूर कहना कि हुण जिथे अड़ गए हैं, जिथे खड़ गए हैं, उतों पिछे नहीं हटना। नहीं नहीं, पिछे पिछे नहीं हटते जी, गुरु नानक साहब ने बल बख्शना तो पिछे नहीं हटते। पर जिहड़ी मैं गल करदा ना, सानू समझना पऊगा साढ़े मापदंड की आ जी। मापदंड चेंज करने पैणगे, बदलने पैणगे मापदंड। मैं सत्कार दिना, आदर करदा वो हर उन्हां रूहां दा जिन्हां ने डांगा खादियां संघर्षां च, किसानी दे संघर्षां च, मजदूरां दे संघर्षां च, गोलियां भी वजियां उन्हां दे हिक्कां ते खादियां, आपदे शरीरां ते खादियां, पर वो मापदंड नहीं आ भी उन्हां नूं पता संघर्ष किवें लड़ीदा। समां बदलदा रहिंदा, समें दे नाल समाज भी बदल जांदा, लड़न दे ढंग भी बदल जांदे आ। जे असीं इंटलैक्ट नूं नहीं छोहांगे, जे असीं उस बदलदे समें दे अनुसार आपदी रणनीति आपदियां व्यौंता नहीं बदलांगे, जे असीं ब्रेन स्ट्रॉम नहीं करांगे, जे कहांगे फलाना कल दा जवाक आ उहनूं की पता सानूं 70-70 साल हो गए लड़दियां नूं, इह कोई मापदंड नहीं होया, इह कोई क्वालिफिकेशन नहीं होई। और अगली गल, जे सरकार गलबे पाउंदी आ सिस्टम ते, तुसीं गलबे पाउणे अंदोलन ते, फिर कोई फर्क नहीं रह जांदा, इक अप्रोच च फर्क नहीं रह जांदा। सो जदों राहत अंदोरी साहब ने लिखिया सी, उन्होंने लिखिया सी खिलाफ है तो होने दो, धुआं है आसमान थोड़ी है, है ना, सभी का खून शामिल है यहाँ की मिट्टी में, हिंदुस्तान किसी के बाप की, हाँ बाप की भी जागीर थोड़ी है, आए समझ लो तुसी। मैं वही कहना सभी का जज्बा शामिल है इस आंदोलन में। सो ये आंदोलन किसी की बाप की जागीर थोड़ी है, तो उही गल है जी। बिल्कुल जी, आंदोलन तो सारे वास्ते है, क्योंकि यह पंजाब की होंद बचाने वास्ते एक आंदोलन तुसी शुरू किया है, या कह सकते हैं कि सारिया जथेबंदियां ने एकजुट एक मुठ होकर शुरू किया है।
तो बहुत सारे क्योंकि दीप ऑलमोस्ट अपने हर सवाल जिहड़े तुसीं पुछदे हो अज भी सोशल मीडिया से पुछदे हो उन्होंने जवाब ये ऑलरेडी अपने सोशल मीडिया से दे चुके हैं। बेशक सनी देओल दे नाल कैंपेनिंग दे होवे बीजेपी RSS दे नाल होण पर फिर भी दो चार दिनों दे विच मैं देख रहा बहुत सारे लोग इहो जिहे ने आई डोंट नो कि वह प्रोजैक्ट किए हुए हैं की है की नहीं है कि सिर्फ एक ही चीज़ बार 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 पुछते हैं कि कैंपेनिंग दे विच सनी देओल दे क्यों सी या बीजेपी दे नाल की रिश्ता RSS दे नाल की रिश्ता है या दीप नूं किते प्रोजैक्ट तां नहीं कीता होया बीजेपी वालों। मैं उस चीज़ का जवाब जबकि बहुत बार दे चुके हैं पर फिर भी एक बार तुहानू दीप के मूहों सुनना चाहा जो लोग अज भी यह सवाल कर रहे हैं सोशल मीडिया से बार बार की कहूँगे उन्हों का मूँह बंद करने वास्ते मैं यही कहा नहीं गल मूँह बंद कर दी नहीं है जी उन्होंने लगता कित ना कि कोई सोच उन्हें उभरी होनी है तो ठीक है हौली हौली समा बड़ा बलवान हों समा सारे जवाब दे जाता हों पर मैं एक गल कहना चाहना जिथे पंजाब अज खड़ा उतों जिहोजी मुहिम मैं शुरुआत की आ मैं नहीं साडे लोगों ने सारी टीम ने पंचायत ने उस पंचायत ने एक मुहिम विढ़ी आ जिहड़े ना जुड़े हुए आ उस मुहिम नाल बड़िया सत्कारयोग शख्सियत वो प्लैन कर दियाँ मैनू कहिंदियां भी ऐ चलना मैं उवें तुरदा क्योंकि मैं उन्हां सत्कारयोग शख्सियत की जो पंजाब नूं देण आपदियां जिंदगियां देतियां तो मैं बड़ा प्रभावित हाँ इस गल तो ਇਹ ਤਾਂ ਹੋ ਗਈ ਸਾਡੀ ਥਿੰਕ ਟੈਂਕ ਟੀਮ ਪਰ ਨਾਲ ਜਿਹੜੀ ਮੁਹਿੰਮ ਵਿੱਢ ਲਈ ਅਸੀਂ ਉਸ ਮੁਹਿੰਮ 'ਚੋਂ ਪੰਜਾਬੀਅਤ ਝਲਕਦੀ ਹੈ ਮੈਂ ਇੱਥੋਂ ਪੰਜਾਬ ਦਾ ਕੀ ਖਰਾਬ ਕਰ ਜੂ ਮੰਨ ਲਓ BJP ਏਜੰਟ ਹੋਇਆ ਵੀ ਤਾਂ ਕੁਛ ਸੋਚ ਪੰਜਾਬੀਅਤ ਦੀ ਵੰਡ ਰਹੇ ਹਾਂ ਇੱਕ ਜਜ਼ਬਾ ਪੰਜਾਬੀਅਤ ਦਾ ਵੰਡ ਰਹੇ ਹਾਂ ਆਪਸੀ ਸਾਂਝ ਭਾਈਚਾਰੇ ਦਾ ਵੰਡ ਰਹੇ ਹਾਂ ਇਹ RSS ਦਾ ਏਜੰਟ ਤਾਂ ਫਿਰ ਪੰਜਾਬ ਦੇ ਹੱਕ ਦੀ ਗੱਲ ਕਰੀ ਜਾਂਦਾ तो इस करके गल्लां कहनियां ही सौखियां होंदियां कह ही देनी है ना गल उही है कह ही देनी है मतलब एक चीज़ तो सानू भी समझनी चाहिए कि अगर होए भी उन्होंने नाल दे तो वध तो वध किन्ना कि कुछ बिगाड़ लैणगे बादलां जिन्ना बिगाड़ देणगे या कैप्टन साहब जिन्ना बिगाड़ देणगे तुहाडे सामने ही है एक वह सरकार है जिन्हां ने बेअदबियां करवाईयां एक वह सरकार है जिन्हें बाणी हाथ च फड़ के झूठी सौं खाधी ते अज वी सत्ता दे उत्ते काबिज़ ने हुण सानू तय करना कि असीं पंजाब दी नौजवानी किहड़े पासे लैके जाणी है वह नौजवानी जिहड़ी हुण इकजुट इकमुट होई है ते सरकार दी दिल्ली दी गले दी हड्डी बन गई है जिस नूं नशेड़ी कह के पूरी दुनिया च इहनां ने बदनाम कीता सी। अंत दे विच दीप देश विदेश दी संगत नूं क्योंकि मैनूं पता तुसीं बहुत व्यस्त हो टाइम ज़्यादा नहीं लूँगा की मैसेज देना चाहोंगे क्योंकि बहुत फैन फॉलोइंग तुहाडी हैगी है बहुत सारिया संगतां ने बाहर दियां जिहड़ियां दिलों तुहाडे नाल जुड़ियां होईयां ने आए दिन मैनूं कॉल करके कहिंदियां ने कि एक बार जाके मोर्चे ते मुंडे नूं हौसला दे के आई कि काका पिछे नहीं हटना किसी चीज़ की लोड़ हैगी असीं हैगे आ ते पीली पत्रकारी करदे ने जिहड़े मैनूं उन्हां तों कोई मतलब नहीं पर हाँ तुसीं हक सच वास्ते खड़े हो ਤੁਹਾਡੀ ਰੂਹ ਸੱਚਾਈ ਦੀ ਗਵਾਹੀ ਭਰਦੀ ਹੈ ਅਤੇ ਨਾਲ ਬੈਠ ਕੇ ਉਸ ਚੀਜ਼ ਦਾ ਅਹਿਸਾਸ ਸਾਹਮਣੇ ਵੀ ਥੋੜ੍ਹਾ ਬਹੁਤਾ ਹੋ ਜਾਂਦਾ ਹੈ ਅਤੇ ਮੇਰਾ ਚੈਨਲ ਵੀ ਹਮੇਸ਼ਾ ਤੁਹਾਡੇ ਇਸ ਮੋਰਚੇ ਨਾਲ ਤੁਹਾਡੀ ਇਸ ਜਿਹੜੀ ਐਕਟੀਵਿਟੀ ਉਹਦੇ ਨਾਲ ਖੜਿਆ ਹੈ ਅਤੇ ਹੱਕ ਸੱਚ ਨਾਲ ਖੜਿਆ ਹੈ ਅਤੇ ਹਮੇਸ਼ਾ ਅਸੀਂ ਉਸ ਪੋਜ਼ਿਟਿਵ ਵੇ ਦੇ ਵਿੱਚ ਇਸ ਚੀਜ਼ ਨੂੰ ਪ੍ਰਜ਼ੈਂਟ ਕਰਾਂਗੇ ਜਿਸ ਪੋਜ਼ਿਟਿਵ ਵੇ ਦੇ ਨਾਲ ਤੁਸੀਂ ਇਸ ਲੜਾਈ ਨੂੰ ਲੈ ਕੇ ਜਾ ਰਹੇ ਹੋ ਜਿੱਤਣ ਵਾਸਤੇ ਦਿੱਲੀ ਵੱਲ ਕੀ ਕਹੋ ਨਹੀਂ ਜੀ ਦੇਖੋ ਇੱਕ ਤਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੀ ਕਹੂੰਗਾ ਮੈਂ ਜਿਸ ਹਿਸਾਬ ਨਾਲ ਤੁਸੀਂ ਸਾਡੀ ਸਪੋਰਟ ਕਰ ਰਹੇ ਹੋ ਜਾਂ ਸਾਡੇ ਨਾਲ ਖੜ੍ਹੇ ਹੋ ਹੱਲਾਸ਼ੇਰੀ ਦੇ ਰਹੇ ਹੋ ਬੜਾ ਹੌਂਸਲਾ ਵੱਧਦਾ ਪਰ ਅਗਲੀ ਗੱਲ ਆ ਕਿਸੇ ਚੀਜ਼ ਦੀ ਥੋੜ੍ਹਨੀ ਆ ਤੋਠਣੀ ਆ ਖਾਲਸਾ ਏਡ ਉਹ ਰਵੀ ਸਿੰਘ ਜੀ ਅਤੇ ਆਪਣੇ ਬਾਈ ਅਮਰਜੀਤ ਇੱਥੋਂ ਉਹ ਆ ਗਏ ਸੀ ਲੰਗਰ ਖਾਲਸਾ ਏਡ ਤੋਂ ਚੱਲਦਾ ਬਿਸਤਰੇ ਜਿਹੜੇ ਗੱਦੇ ਖੇਸ ਚਾਦਰਾਂ ਉਹ ਵੀ ਖਾਲਸਾ ਏਡ ਤੋਂ ਆ ਗਏ ਫਿਰ ਆਸ ਪਾਸ ਦੇ ਪਿੰਡਾਂ ਵਾਲੀ ਜਿਹੜੀ ਸੰਗਤ ਆ ਕੋਈ ਚਾਹ ਦਾ ਲੰਗਰ ਲਾ ਜਾਂਦਾ ਜੀ ਅਤੇ ਜਿਹੜਾ ਬਿਜਲੀ ਪਾਣੀ ਆ ਉਹ ਵੀ ਫਰੀ ਆ ਕੋਈ ਖਰਚਾ ਤਾਂ ਇੱਕ ਦਵਾਨੀ ਦਾ ਨਹੀਂ ਹੋ ਰਿਹਾ ਅਤੇ ਇਸ ਕਰਕੇ ਕੋਈ ਪਰਵਾਹ ਨਹੀਂ ਆ ਸੰਗਤ 'ਚ ਜਜ਼ਬਾ ਹੀ ਇੰਨਾ ਅਤੇ ਕਿਸੇ ਚੀਜ਼ ਦੀ ਟੋਟ ਨਹੀਂ ਆ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਮਿਹਰ ਹੀ ਇੰਨੀ ਆ ਵੀ ਜਦੋਂ ਤੁਸੀਂ ਸੱਚ ਲਈ ਖੜ੍ਹੇ ਹੋ ਜਾਂਦੇ ਹੋ ਨਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਭ ਕੁਝ ਪੈਦਾ ਕਰ ਦਿੰਦਾ ਇੱਕ ਸਿਸਟਮ ਪੈਦਾ ਕਰ ਦਿੰਦਾ ਅਤੇ ਇਸ ਕਰਕੇ ਹੌਸਲੇ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੁਲੰਦੀ ਹੁੰਦੇ ਆ ਸੰਗਤ ਨੂੰ ਕੀ ਕਹੋਗੇ ਸੰਗਤ ਨੂੰ ਇਹੀ ਕਹਾਂਗੇ ਜੀ ਵੀ ਗੱਲ ਹੁਣ ਸਾਨੂੰ ਪੰਜਾਬ ਦੇ ਹੋਂਦ ਦੀ ਲੜਾਈ ਲੜਨੀ ਪੈਣੀ ਆ ਅਤੇ ਪੰਜਾਬ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਬਿਨਾਂ ਅਤੇ ਕਿਸਾਨੀ ਤੋਂ ਬਿਨਾਂ ਨਹੀਂ ਕਲਪਿਆ ਜਾ ਸਕਦਾ ਇਸ ਕਰਕੇ ਜੜਾ ਜਿਹੜੀ ਇਹ ਉਸ ਫਲਸਫੇ 'ਤੇ ਅਟੈਕ ਕਰ ਰਹੇ ਆ ਜੇ ਉਹ ਫਲਸਫਾ ਸਾਡੇ ਤੋਂ ਖੋ ਕੇ ਲੈ ਗਏ ਫਿਰ ਸਾਡੇ ਪੱਲੇ ਕੁਛ ਨਹੀਂ ਰਹਿ ਜਾਣਾ ਫਿਰ ਇਹ ਬਾਕੀ ਤਾਂ ਬਾਏ ਪ੍ਰੋਡਕਟਸ ਆ ਉਸ ਫਲਸਫੇ ਦੇ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਏਕਮਕਾਰ ਲਿਖਤਾ ਸੀ ਸਾਡਾ ਮੋਰਚਾ ਲੱਗ ਗਿਆ ਸੀ ਹੈ ਨਾ
ਸੋ ਇਹ ਉਸੇ ਮੋਰਚੇ ਦਾ ਉਸੇ ਕਮਕਾਰ ਲਿਖੇ ਹੋਏ ਇਨਕਲਾਬ ਦਾ ਪ੍ਰਤੀਕ ਆ। ਅਤੇ ਮੈਂ ਜਿਵੇਂ ਤੁਹਾਨੂੰ ਕਿਹਾ ਜੇ ਨਾਲ ਆਉਂਦੇ ਤਾਂ ਇਤਿਹਾਸ ਮਿਹਣਾ ਮਾਰਦਾ ਅਤੇ ਇਤਿਹਾਸ ਦੇ ਮਿਹਣੇ ਤੋਂ ਬਚਣ ਖਾਤਰ ਵੀ ਇਹ ਮੋਰਚਾ ਲਾਉਣਾ ਪਿਆ। ਜੀ ਬਹੁਤ ਬਹੁਤ ਧੰਨਵਾਦ। ਅਤੇ ਗੁਰਬਾਣੀ ਦਾ ਇਹ ਫਰਮਾਨ ਹੈ, ਕਲਗੀਧਰ ਨੇ ਕਿਹਾ ਸੀ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿੱਜ ਬਲ ਸੇ ਲੈ ਹੈ। ਅਤੇ ਕਹਿੰਦੇ ਨੇ ਕਿ ਜ਼ੁਰਮ ਕਰਨ ਵਾਲਾ ਜਿੰਨਾ ਗੁਨਹਗਾਰ ਹੈ, ਸਹਿਣ ਵਾਲਾ ਉਸ ਤੋਂ ਵੱਡਾ ਗੁਨਹਗਾਰ ਹੈ ਜੇਕਰ ਉਹ ਆਵਾਜ਼ ਨਹੀਂ ਬੁਲੰਦ ਕਰਦਾ। ਅਤੇ ਇਹ ਪੰਜਾਬ ਦੀ ਉਹ ਨੌਜਵਾਨੀ ਹੈ ਜਿਹਨੇ ਹੁਣ ਠਾਣ ਲਿਆ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੂਵੀਜ਼ ਕਰਦਾ ਹੈ ਇੱਕ ਹਿਸਾਬ ਦੇ ਨਾਲ, ਫਿਲਮ ਲਾਈਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਬਹੁਤ ਸਾਡੀ ਲਾਈਮਲਾਈਟ ਵਾਲੀ ਜ਼ਿੰਦਗੀ ਹੁੰਦੀ ਹੈ, ਐਸ਼ ਪ੍ਰਸਤੀ ਵਾਲੀ ਹੁੰਦੀ ਹੈ, ਪਰ ਜਿਹੜਾ ਨੌਜਵਾਨਾਂ ਦੇ ਅੰਦਰ ਉਸ ਕਲਗੀਧਰ ਦੇ ਇਤਿਹਾਸ ਦਾ ਕਤਰਾ ਵੀ ਬਾਕੀ ਹੈ, ਗੁਰੂ ਨਾਨਕ ਦੇਵ ਜੀ ਦੇ ਫਲਸਫੇ ਬਾਕੀ ਨੇ, ਉਹ ਨੌਜਵਾਨ ਅੱਜ ਸੜਕਾਂ ਉੱਤੇ ਉਤਰੇ ਹੋਏ ਨੇ ਅਤੇ ਉਹ ਇਹਨਾਂ ਸਰਕਾਰਾਂ ਨੂੰ ਦਿਖਾਣਗੇ, ਦੱਸਣਗੇ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਕਿੱਦਾਂ ਬਚਾਉਣੀ ਹੈ, ਕਿਉਂਕਿ ਇਹ ਸਿਰਫ MSP ਦਾ ਮਸਲਾ ਨਹੀਂ ਹੈ, ਇਹ ਮਸਲਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ, ਪੰਜਾਬ ਦੀ ਕਿਸਾਨੀ, ਪੰਜਾਬ ਦਾ ਮਜ਼ਦੂਰ ਵਰਗ ਇਸ ਨੂੰ ਜਿੱਤ ਕੇ ਰਹੇਗਾ, ਦਿੱਲੀ ਆਪਣਾ ਲੱਖ ਜ਼ੋਰ ਲਗਾ ਲਏ। ਇਸ ਦੇ ਨਾਲ ਤੁਸੀਂ ਕੀ ਸੋਚਦੇ ਹੋ ਇਸ ਸਾਰੇ ਮਸਲੇ ਬਾਰੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰ ਸਕਦੇ ਹੋ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।